ਕੁਛ ਹਜ਼ਾਰਾਂ ਦੇ ਹਿਸਾਬ ਨਾਲ ਰੁਪਈਏ ਲੱਗੇ ਨੇ, ਅੱਜ ਮੇਰੀਆਂ ਦੋ ਚਾਰ ਲੱਖ ਦੀਆਂ ਘਰ ਬਣ ਗਈਆਂ, ਦੋ ਚਾਰ ਲੱਖ ਦੇ ਬਣ ਗਈਆਂ। ਹਾਂ, ਖੇਤੀਬਾੜੀ ਦਾ ਬਸ ਇਹਦਾ ਇੱਕ ਸਾਈਡ ਬਿਜ਼ਨਸ, ਸ਼ੌਂਕ ਸੀਗਾ, ਸ਼ੌਂਕ ਦੇ ਤੌਰ ਤੇ ਇਹ ਪੱਠਾਂ ਲੈ ਕੇ ਪਾਲੀਆਂ ਸੀ। ਅੱਛਾ ਅੱਛਾ, ਠੀਕ ਹੈ ਜੀ। ਪਹਿਲਾਂ ਚਾਰ ਪੰਜ ਪੱਠਾਂ ਲਈਆਂ ਸੀਗੀਆਂ, ਉਹਨੂੰ ਖੁਸ਼ ਨੇ ਤੇ ਬਾਕੀ ਮੈਂ ਤਾਂ ਸੰਨੀ ਕਰਦਾ ਜੀ, ਸੰਨੀ ਕਰਦੇ, ਤੂੜੀ ਦੀ ਸੰਨੀ ਕਰਦਾ ਜੀ। ਇਹ ਦਰਾਹੇ ਆਪਣੇ ਫੀਡ ਬਣਾਉਂਦੇ ਨੇ, ਨੂਰ ਫੀਡ, ਉਹਨਾਂ ਦੀ ਫੀਡ ਪਾਉਣਾ, ਫੀਡ ਪਾਉਣੇ ਹੋ ਜੀ? ਹਾਂਜੀ, ਫੀਡ ਪਾਉਣਾ। ਘਰਦੇ ਤਾਂ ਕਹਿੰਦੇ ਸੀ ਵੀ ਬੈੜੀਆਂ ਦਾ ਫਾਰਮ ਖੋਲ੍ਹ ਲਓ, ਬੈੜੀਆਂ ਦਾ ਖੋਲ੍ਹ ਲਈ, ਪਰ ਨਹੀਂ ਮਾਂ, ਨਹੀਂ ਉਹ ਮੈਂ ਨਹੀਂ ਉਹ ਖੋਲ੍ਹਣਾ, ਵੀ ਮੇਰਾ ਸ਼ੌਂਕ ਠੀਕ ਹੈ, ਇਹਨਾਂ ਨੂੰ ਵੀ ਮੈਂ ਦੇਖਾਂ ਇੱਕ ਵਾਰ। ਇਹਨਾਂ ਦਾ ਵਿਚਾਰੀਆਂ ਦੀ ਖੇਚਲ ਹੀ ਨਹੀਂ, ਕੋਈ ਘੰਟਾ ਡੇਢ ਘੰਟਾ ਸਵੇਰੇ, ਘੰਟਾ ਤੇ ਸ਼ਾਮ, ਅੱਠ ਪਹਿਰ ਦੇਖਣ ਦੀ ਲੋੜ ਨਹੀਂ ਤੂੜੀ ਨਾਲ, ਜਦ ਫੀਡ ਅੰਦਰ ਗਈ ਹੁੰਦੀ ਆ, ਲੰਗਰ ਭੁੱਖਾ ਹੁੰਦਾ ਹੀ ਨਹੀਂ ਹੈਗਾ। ਸਹੀ ਗੱਲ ਹੈ ਜੀ, ਨੱਕ ਜਾ ਤਾਂ ਨਹੀਂ ਮਾਰਦੀ, ਮਤਲਬ ਨਾ ਜੀ, ਨਾ ਨਾ। ਬਾਈ ਜੀ, ਸਾਰੇ ਮੇਰੇ ਪਿਆਰ ਪਏ, ਸਤਿ ਸ਼੍ਰੀ ਅਕਾਲ, ਮੇਰੇ ਸਾਹਿਬ ਠੀਕ ਠਾਕ। ਦੋਸਤੋ, ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੈਗੀ, ਅਤੇ ਅੱਜ ਦੀ ਵੀਡੀਓ ਦੇ ਵਿੱਚੋਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੂਗਾ। ਜਿਵੇਂ ਕਿ ਆਪਾਂ ਕਹਿੰਦੇ ਹੁੰਦੇ ਹਾਂ ਵੀ ਆਪਾਂ 10 ਕੁ ਬੱਕਰੀਆਂ ਰੱਖ ਕੇ ਵੀ ਵਧੀਆ ਇਨਕਮ ਕਰ ਸਕਦੇ ਹਾਂਗੇ, ਜੇ ਕੋਈ ਨਵਾਂ ਬੰਦਾ ਹੈਗਾ। ਇੱਕ ਵੀਰ ਨਾਲ ਗੱਲਬਾਤ ਕਰਦਾ ਗਾ, ਆਪਾਂ ਆਇਆ ਹੋਏਗਾ ਬਾਈ ਖੇਤਾਂ ਦੇ ਵਿੱਚ, ਬਾਈ ਨੇ ਖੇਤਾਂ ਦੇ ਵਿੱਚ ਮਤਲਬ ਤਾਂ ਹੋਣਗੇ 10-11 ਕੁ ਪੱਠਾ, ਨਾ ਪੱਠਾ ਹੀ ਨੇ ਅਜੇ, ਪੱਠਾ ਰੱਖੀਆਂ ਹੋਏ ਨੇ ਵੀ ਕਿਵੇਂ ਇਸ ਕੰਮ ਦੇ ਵਿੱਚ ਆਏ ਅਤੇ ਪੱਠਾ ਹੀ ਕਿਉਂ ਰੱਖੀਆਂ ਨੇ, ਸਾਰੀ ਗੱਲਬਾਤ ਕਰਾਂਗੇ ਵੀਰ ਨਾਲ, ਬਾਅਦ ਕਿ ਤੁਸੀਂ ਬਣੇ ਰਹੋ। ਖੁਰਾਕ ਦੀ ਗੱਲਬਾਤ ਵੀ ਕਰਾਂਗੇ ਵੀ ਖੇਤਾਂ ਦੇ ਵਿੱਚ ਖੁਰਾਕ ਬਾਈ ਕਿਹੋ ਜਿਹੀ ਪਾ ਰਹੇ ਨੇ। ਬਾਈ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਬਾਈ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਵਧੀਆ ਬਾਈ ਜੀ, ਵਧੀਆ ਜੀ। ਕੀ ਨਾਮ ਆ ਬਾਈ ਜੀ ਆਪਣਾ ਜੀ? ਮੇਰਾ ਨਾਮ ਰਜਿੰਦਰ ਸਿੰਘ ਹੈ। ਰਜਿੰਦਰ ਸਿੰਘ, ਠੀਕ ਹੈ ਬਾਈ ਜੀ। ਪਿੰਡ ਕਿਹੜਾ ਬਾਈ ਜੀ ਇਹ? ਪਿੰਡ ਦਊ ਮਾਜਰਾ, ਲੁਧਿਆਣੇ ਜ਼ਿਲ੍ਹੇ 'ਚ। ਹਾਂਜੀ, ਅਤੇ ਸ਼ਹਿਰ ਸਾਨੂੰ ਖੰਨਾ, ਇੱਧਰ ਨੇੜੇ ਪੈਲ ਪੈਂਦਾ। ਠੀਕ ਹੈ ਬਾਈ ਜੀ। ਅਤੇ ਇੱਧਰ ਕਿੰਨਾ ਟਾਈਮ ਹੋ ਗਿਆ ਬਾਈ ਜੀ ਇਹ ਕੰਮ ਕਰਦੇ ਨੂੰ ਜੀ? 2 ਸਾਲ ਹੋ ਗਏ ਜੀ। 2 ਸਾਲ ਹੋ ਗਏ, ਠੀਕ ਹੈ ਜੀ। ਹੋਰ ਕਿਹੜਾ ਕੰਮ ਇਹਦੇ ਨਾਲ ਜੀ? ਖੇਤੀਬਾੜੀ ਦਾ ਬਸ ਇਹਦਾ ਇੱਕ ਸਾਈਡ ਬਿਜ਼ਨਸ, ਸ਼ੌਂਕ ਸੀਗਾ, ਸ਼ੌਂਕ ਦੇ ਤੌਰ ਤੇ ਇਹ ਪੱਠਾਂ ਲੈ ਕੇ ਪਾਲੀਆਂ ਸੀ। ਅੱਛਾ ਅੱਛਾ, ਠੀਕ ਹੈ ਜੀ। ਪਹਿਲਾਂ 4-5 ਪੱਠਾਂ ਲਈਆਂ ਸੀਗੀਆਂ, ਹਾਂਜੀ, ਤੇ ਫਿਰ ਉਹ ਦੇਖ ਦੇਖ ਕੇ ਵੀ ਚੱਲ ਵਧੀਆ ਪਲ ਗਈਆਂ, ਹਾਂਜੀ, 2 ਫੇਰ ਲੈ ਲਈਆਂ, ਇੱਦਾਂ ਹੀ 10-11 ਕਰ ਲਈਆਂ ਸੀ। ਕਿੰਨੀਆਂ ਹੋ ਗਈਆਂ ਹੁਣ ਇਹ ਜੀ? ਹੁਣ ਇਹ 11 ਨੇ, ਪਲੱਸ 3 ਬੱਚੇ ਨੇ ਇਹਨਾਂ ਦੇ, 2 ਸੂਈਆਂ ਹੋਈਆਂ ਨੇ, ਹਾਂਜੀ, 14 ਹੋ ਗਏ। 14 ਹੋ ਗਏ ਜੀ, ਠੀਕ ਹੈ ਜੀ। ਦਿਮਾਗ 'ਚ ਇਹੀ ਕਿਵੇਂ ਵੀ ਆਪਾਂ ਬਿਨਾਂ ਪੱਠਾਂ ਰੱਖ ਲਈਏ ਜੀ? ਵੱਡੀਆਂ ਬੱਕਰੀਆਂ ਕਿਉਂ ਨਹੀਂ ਰੱਖੀ ਹੈਗੀਆਂ ਜੀ? ਵੱਡੀ ਦੇ ਵਿੱਚ ਇਨਵੈਸਟਮੈਂਟ ਪਹਿਲਾਂ ਜ਼ਿਆਦਾ ਕਰਨੀ ਪੈਣੀ, ਇਨਵੈਸਟਮੈਂਟ ਜ਼ਿਆਦਾ ਕਰਨੀ ਪੈਣੀ ਸੀ। ਇਹਦੇ 'ਚ ਤਾਂ ਹੁਣ ਮੇਰੇ ਕੁਛ ਹਜ਼ਾਰਾਂ ਦੇ ਹਿਸਾਬ ਨਾਲ ਰੁਪਈਏ ਲੱਗੇ ਨੇ, ਅੱਜ ਮੇਰੀਆਂ 2-4 ਲੱਖ ਦੀਆਂ ਘਰ ਬਣ ਗਈਆਂ, 2-4 ਲੱਖ ਦੇ ਬਣ। ਹਾਂ, ਜੇ ਆਪਾਂ ਪਹਿਲਾਂ ਹੀ ਵੱਡੀਆਂ ਲੈਂਦੇ 2-4 ਲੱਖ ਲਾ ਕੇ, ਉਹਦੇ 'ਚੋਂ 2-4 ਖਰਾਬ ਹੋ ਜਾਣ, ਫਿਰ ਉਹ 1.5-2 ਲੱਖ ਦੀਆਂ ਰਹਿ ਜਾਣ, ਉਹ ਘਾਟੇ ਵਾਲਾ ਕੰਮ ਹੋ ਜਾਂਦਾ। ਠੀਕ ਹੈ ਜੀ, ਠੀਕ। ਇਹਦੇ 'ਚ ਇਹ ਆ ਵੀ ਆਪਾਂ ਇਨਵੈਸਟਮੈਂਟ ਘੱਟ ਕਰੀ ਆ, ਹਾਂਜੀ, ਅੱਜ ਮੇਰੇ ਕੋਲ ਜ਼ਿਆਦੇ ਨੇ। ਅੱਜ ਮੈਂ ਸਹੀ ਗੱਲ ਬਈ, ਜ਼ਿਆਦੇ ਹੋ ਗਈਆਂ ਜੀ। ਕਿੱਡੇ ਕਿੱਡੀਆਂ ਦੇ ਆਪਾਂ ਇਹ ਹੋ ਕਰ ਲਈਆਂ ਜੀ? ਬਸ ਦੁੱਧੋਂ ਹਟਦੀਆਂ, ਦੁੱਧੋਂ ਹਟਦੀਆਂ, ਕੁੱਟ 3 ਮਹੀਨੇ ਦੀ, 2.5 ਮਹੀਨੇ ਦੀ, 1 ਪੱਠਾ ਲਿਆ। ਠੀਕ ਹੈ ਜੀ। ਇਕੱਠੀਆਂ ਲੈ ਕੇ ਆਏ ਸੀ ਜਾਂ ਫਿਰ ਅੱਡ ਅੱਡ? ਨਾ, ਅਲੱਗੋ ਅਲੱਗ, ਅਲੱਗੋ 2 ਮਿਲ ਗਈਆਂ, ਅੱਗੇ ਤੋਂ 1 ਮਿਲ ਗਈ, 1 ਲਈਆਂ ਸੀ। ਠੀਕ ਹੈ ਜੀ। ਕਿੱਥੋਂ ਸਿੱਖਿਆ, ਕਿੱਥੋਂ ਆ ਕੰਮ ਜੀ ਆਪਾਂ? ਸਿੱਖਿਆ ਕਿੱਥੋਂ ਨਹੀਂ, ਮੇਰਾ ਵੀਰੇ ਪਹਿਲਾਂ ਤੋਂ ਹੀ ਬਚਪਨ ਤੋਂ ਹੀ ਸ਼ੌਂਕ ਆ, ਪਹਿਲਾਂ ਮੱਝਾਂ ਵੱਧ ਰੱਖਦੇ ਰਹੇ ਹਾਂ, ਹਾਂਜੀ, ਅਤੇ ਗਾਈਆਂ ਦਾ ਕੰਮ ਸੀ। ਠੀਕ ਹੈ ਜੀ। ਉਹ ਛੱਡਤਾ ਸੀ, ਮਤਲਬ ਮੈਂ ਨੌਕਰੀ ਕਰਨ ਲੱਗ ਗਿਆ ਸੀ, ਨੌਕਰੀ ਤੋਂ ਬਾਅਦ ਜਦ ਫਿਰ ਇੱਧਰ ਖੇਤੀ ਵਾਲੇ ਪਾਸੇ ਜਾਂ ਫ੍ਰੀ ਹੋਇਆ ਮੈਂ, ਤਾਂ ਮੈਨੂੰ ਲੱਗਿਆ ਵੀ ਪਹਿਲਾਂ ਤਾਂ ਘਰਦੇ ਤਾਂ ਕਹਿੰਦੇ ਸੀ ਵੀ ਬੈੜੀਆਂ ਦਾ ਫਾਰਮ ਖੋਲ੍ਹ ਲਓ, ਬੈੜੀਆਂ ਦਾ ਖੋਲ੍ਹ ਲਈ, ਪਰ ਨਹੀਂ ਮਾਂ, ਵੀ ਨਹੀਂ ਉਹ ਮੈਂ ਨਹੀਂ ਉਹ ਖੋਲ੍ਹਣਾ, ਵੀ ਮੇਰਾ ਸ਼ੌਂਕ ਠੀਕ ਹੈ, ਇਹਨਾਂ ਨੂੰ ਵੀ ਮੈਂ ਦੇਖਾਂ ਇੱਕ ਵਾਰ, ਠੀਕ ਹੈ, ਛੋਟਾ ਕੰਮ ਕਰਨ ਦੀ ਜਾਂ ਸੋਚੇ ਆ? ਉਹਦੇ 'ਚ ਇਹ ਆ, ਮੈਂ ਇਕੱਲਾ ਜਾਣਾ ਜੀ, ਇਕੱਲਾ ਜਾਣਾ ਜੀ, ਬੈੜੀਆਂ ਦਾ ਖਾ ਲੈਂਦਾ, 3 ਬੰਦੇ ਮੈਨੂੰ ਰੱਖਣੇ ਪੈਂਦੇ ਜੀ, ਮੈਨੂੰ ਉਹਨਾਂ 3 ਬੰਦਿਆਂ ਦੀ ਰਾਖੀ ਕਰਨੀ ਔਖੀ ਹੋ ਜਾਣੀ ਸੀ। ਸਹੀ ਗੱਲ, ਕੰਮ ਤਾਂ ਮੇਰਾ ਬਾਅਦ 'ਚ ਰਹਿ ਗਿਆ। ਹਾਂਜੀ ਹਾਂਜੀ ਜੀ। ਹੁਣ ਮੈਨੂੰ ਕਿਸੇ ਦੀ ਕੋਈ ਰਾਖੀ ਨਹੀਂ, ਮੈਂ ਆਪ ਕੰਮ ਕਰਦਾ। ਇੱਥੇ ਕਿੰਨੇ ਬੰਦੇ ਹੋ ਤੁਸੀਂ? ਕੋਈ ਨਹੀਂ ਜੀ, ਬਿਲਕੁਲ ਇਕੱਲੇ ਸਾਂਭ ਰਹੇ ਹੋ? ਇਕੱਲਾ ਸਾਂਭ ਰਿਹਾ ਜੀ। ਇਹਨਾਂ ਦਾ ਵਿਚਾਰੀਆਂ ਦੀ ਖੇਚਲ ਹੀ ਨਹੀਂ, ਕੋਈ ਘੰਟਾ ਡੇਢ ਘੰਟਾ ਸਵੇਰੇ, ਘੰਟਾ ਤੇ ਸ਼ਾਮ ਨੂੰ। ਠੀਕ ਹੈ ਜੀ। ਉਹ ਵੀ ਸਿਰਫ ਧਾਰਾਂ ਧੂਰਾਂ ਚੋਣ ਕਰਕੇ, ਜੇ ਧਾਰਾਂ ਨਹੀਂ ਚੋਣੀਆਂ ਫਿਰ 1-1 ਘੰਟੇ ਦਾ ਦੋ ਟਾਈਮ ਕੰਮ। ਠੀਕ ਹੈ ਜੀ, ਠੀਕ ਹੈ ਬਾਈ, ਵਿਚਾਲੇ ਆਪਦਾ ਕੰਮ ਕਰੀ ਜਾਂਦੇ ਜੋ ਵਿਚਾਲੇ ਆਪਣੇ ਦਾ ਮਰਜ਼ੀ ਕੰਮ ਕਰੋ। ਠੀਕ ਹੈ ਬਾਈ ਜੀ। ਦਿੱਕਤ ਤਾਂ ਨਹੀਂ ਆ ਰਹੀ ਕੋਈ ਉਰੇ ਆਪਣੇ? ਨਾ ਜੀ, ਅਜੇ ਤੱਕ ਉਪਰਾਲੇ ਦੀ ਕਿਰਪਾ, ਕੋਈ ਬਿਮਾਰੀ ਠਮਾਰੀ, ਹਾਂਜੀ, ਕੋਈ ਆਪਣਾ ਨੁਕਸਾਨ ਨਹੀਂ ਹੋਇਆ, ਹਾਂਜੀ, ਐਨ ਸਾਰੀਆਂ ਪੱਠਾਂ ਸਹੀ ਨੇ ਔਰ ਸਹੀ ਪਲੀਆਂ ਨੇ। ਸਹੀ ਗੱਲ ਹੈ, ਖੁੱਲ੍ਹਾ ਵਾਤਾਵਰਨ ਖੁੱਲ੍ਹਾ, ਬਾਕੀ ਮੇਰਾ ਜਿੱਥੇ ਮੈਂ ਇਹਨਾਂ ਨੂੰ ਰੱਖਦਾ, ਜਾਮਣ ਖੜੀ ਆ ਬਹੁਤ ਭਾਰੀ, ਉਹਦੇ ਛਾਵਾਂ ਰਹਿੰਦੀ ਆ ਹਰ ਟਾਈਮ। ਠੀਕ ਹੈ ਜੀ। ਅਤੇ ਚੜ੍ਹਦੀ ਧੁੱਪ ਵੀ ਆਉਂਦੀ ਆ,
ਠੀਕ ਹੈ ਬਾਈ ਜੀ, ਠੀਕ ਹੈ ਜੀ। ਪੱਠੇ ਪੁੱਠੇ ਕਿਹੜੇ ਆਪਾਂ ਇਹਨਾਂ ਨੂੰ ਦੇ ਰਹੇ ਹਾਂ? ਪੱਠੇ ਤਾਂ ਜਾਣੀ ਜ਼ਿਆਦਾ ਇਹ ਖੁਸ਼ ਨੇ ਖਾ ਕੇ, ਜਮੀ ਜਮੀ ਜਾਂ ਬਾਜਰਾ ਕੱਚਾ ਹੋਵੇ ਲਹਿਰਾ, ਪੂਰੀ ਨਾ ਬਣੀ ਹੋਵੇ ਉਹਨੂੰ ਖੁਸ਼ ਨੇ। ਤੇ ਬਾਕੀ ਮੈਂ ਤਾਂ ਸੰਨੀ ਕਰਦਾ ਜੀ, ਸੰਨੀ ਕਰਦੇ ਤੂੜੀ ਦੀ ਸੰਨੀ ਕਰਦਾ ਜੀ। ਦਰਾਹੇ ਆਪਣੇ ਫੀਡ ਬਣਾਉਂਦੇ ਨੇ, ਨੂਰ ਫੀਡ, ਉਹਨਾਂ ਦੀ ਫੀਡ ਪਾਉਣਾ। ਫੀਡ ਪਾਉਣੇ ਹੋ ਜੀ? ਹਾਂਜੀ ਫੀਡ ਪਾਉਣਾ। ਠੀਕ ਬਾਈ, ਦੇਖ ਸਕਦੇ ਗਰੋਥ ਚੈੱਕ ਕਰੋ ਜੀ, ਠੀਕ ਹੈ ਜੀ, ਗਰੋਥ ਵਧੀਆ ਹੋਈ ਹੈ ਫੀਡ ਨਾਲ ਜੀ, ਫੀਡ ਨਾਲ। ਹਾਂ ਲੈ ਵੀ ਦੇਖ ਦੇ ਫੀਡ ਪਾਉਂਦੇ ਨੇ ਬਾਈ, ਦਰਾਹੇ ਵਾਲੀ ਫੀਡ ਹੈ ਜੀ। ਹਾਂ ਦਰਾਹੇ ਦਾ, ਜਿਹੜੀ ਆਪਣੀ ਸਨੀ ਗਿੱਲ ਵਾਲੀ ਫੀਡ ਆ ਬਾਈ ਵਾਲੀ, ਹੈ ਨਾ ਜੀ। ਹਾਂ ਨੂਰ ਫੀਡ ਆ ਉਹ ਪਾਉਣਾ ਜੀ ਮੈਂ। ਲਓ ਜੀ ਬਾਈ ਜੀ, ਪਹਿਲਾਂ ਆਉਂਦੀ ਸੀਗੀ ਅਸਬ ਘੋੜੇ ਵਾਲੀ ਫੀਡ, ਘੋੜੇ ਵਾਲੀ। ਹਾਂ ਜੀ, ਹੁਣ ਬਾਈ ਲੱਗ ਗਏ ਬਾਈ ਬੱਕਰੀਆਂ ਵਾਲੀ ਨੂਰ ਫੀਡ ਤਿਆਰ ਕਰਨ। ਗਰੋਥ ਤੁਸੀਂ ਬਾਈ ਜੀ ਦੇਖ ਸਕਦੇ ਹੋਗੇ, ਸਾਈਨਿੰਗ ਸੂਨਿੰਗ ਵੀ ਦੇਖ ਸਕਦੇ ਬਾਈ ਜੀ, ਚੰਗੀ ਗਰੋਹ ਹੈਗੀ। ਠੀਕ ਹੈ ਬਾਈ ਜੀ, ਖਾਂਦੀਆਂ ਕਿਵੇਂ ਨੇ ਬਾਈ ਜੀ ਫੀਡ ਨੂੰ ਜੀ, ਦੇਖਿਆ ਜਾਵੇ? ਬਹੁਤ ਖੁਸ਼ ਹੋ ਕੇ ਖਾਂਦੀਆਂ ਨੇ, ਇੱਕ ਦਾਣਾ ਵੀ ਨਹੀਂ ਛੱਡਦੀਆਂ, ਜਾਣੀ ਖੁੱਲ੍ਹੀ ਵੀ ਚੱਟ ਦਿੰਦੀਆਂ ਨੇ। ਅੱਛਾ ਜੀ, ਹਾਂਜੀ ਹਾਂ, ਠੀਕ ਹੈ ਬਾਈ, ਦੇਖ ਸਕਦੇ ਹੋਗੇ। ਲੈ ਵੀ ਦੋਸਤੋ, ਆ ਤੁਹਾਨੂੰ ਆਪਾਂ ਦਿਖਾਉਣਾਗੇ ਪੱਠਾਂ ਬਾਈ ਜੀ, ਹਜੇ ਦੁੱਗੀਆਂ ਦੁੱਗੀਆਂ ਹੀ ਨੇ। ਗਰੋਥ ਦੇਖੋ ਪਹਿਲਾਂ ਤਾਂ, ਐਂ ਦੱਸੋ ਬਾਈ ਜੀ ਇਹਨਾਂ ਬਾਰੇ ਮਾੜਾ ਜੀ, ਸੈਨਿੰਗ ਬਹੁਤ ਜ਼ਿਆਦਾ ਆ ਨਾ ਬਾਈ ਜੀ? ਸੈਨਿੰਗ ਬਾਈ ਇਹਨਾਂ ਦੀ ਫੀਡ ਨਾਲ ਹੀ ਆ, ਫੀਡ ਨਾਲ ਹੀ ਆ, ਹੋਰ ਮੈਂ ਇਹਨਾਂ ਨੂੰ ਐਕਸਟਰਾ ਕੁਛ ਨਹੀਂ ਪਾਉਂਦਾ। ਹਾਂਜੀ, ਤੂੜੀ ਦੇ ਉੱਤੇ ਫੀਡ ਪਾਉਣਾ, ਤੂੜੀ ਦੇ ਉੱਪਰ ਫੀਡ ਜੀ, ਠੀਕ ਹੈ ਜੀ। ਕਿੰਨੀ ਖਾ ਜਾਂਦੀਆਂ ਨੇ ਫੀਡ ਜੀ? ਉਹ ਵੀ ਮੈਂ ਕਦੇ ਤੋਲ ਕੇ ਨਹੀਂ ਪਾਈ ਹੈਗੀ, ਡੱਬੇ ਰੱਖੇ ਹੋਏ ਨੇ ਉਹਦੇ ਨਾਲ ਮਿਣ ਕੇ, ਮਤਲਬ 3 ਡੱਬੇ। ਹਾਂਜੀ, 2 ਕੁ ਤਸਲੇ ਫੀਡ ਦੇ, ਉਹਦੇ ਤੂੜੀ ਦੇ ਹੁੰਦੇ ਨੇ। ਹਾਂਜੀ, ਉੱਤੇ 3 ਕੁ ਡੱਬੇ ਪਾ ਕੇ ਜਿਹਦੇ ਨਾਲ ਰੱਜ ਲੈਣ, ਬਸ ਉਹ ਦੇਖਦਾ ਹੁੰਦਾ ਮੈਂ ਵੀ ਰੱਜ ਲਈਆਂ ਇਹ। ਠੀਕ ਆ, ਬਹੁਤ ਵਾਰ ਉਹਦੇ ਨਾਲ ਜਾ ਕੇ ਮੁੜ ਕੇ 8 ਪਹਿਰ ਦੇਖਣ ਦੀ ਲੋੜ ਨਹੀਂ, ਤੂੜੀ ਨਾਲ ਜਦ ਫੀਡ ਅੰਦਰ ਗਈ ਹੁੰਦੀ ਆ, ਡੰਗਰ ਭੁੱਖਾ ਹੁੰਦਾ ਹੀ ਨਹੀਂ ਹੈਗਾ। ਸਹੀ ਗੱਲ ਹੈ ਜੀ, ਨੱਕ ਜਾ ਤਾਂ ਨਹੀਂ ਮਾਰਦੀਆਂ ਮਤਲਬ ਫੀਡ ਦੇਖ ਕੇ? ਨਾ ਜੀ, ਨਾ ਨਾ। ਠੀਕ ਹੈ, ਵੀ ਦੇਖਦਾ ਫੀਡ, ਜਾਣੀ ਕਿ ਇੰਨੀ ਵਧੀਆ ਫੀਡ ਆ ਨਾ ਬਾਈ ਜੀ। ਫੀਡ ਤਾਂ ਹੁਣ ਤੁਹਾਨੂੰ ਮੈਂ ਜੇ ਕਹੋ ਤਸਲੇ 'ਚ ਪਾ ਕੇ ਦਿਖਾ ਦਿੰਦਾ, ਇਹਨਾਂ ਨੇ ਐਂ ਕਹਿਣਾ ਵੀ ਤੂੰ ਪਰੇ ਹਟ ਜਾ ਹੁਣ। ਅੱਛਾ ਜੀ, ਹਾਂ ਇੰਨੀ ਖੁਸ਼ ਹੋ ਕੇ ਖਾਂਦੀਆਂ। ਠੀਕ ਹੈ, ਲੈ ਕੇ ਆਓਗੇ ਫੀਡ ਵਾਲੀ? ਹਾਂ ਫੀਡ ਤੁਹਾਨੂੰ ਦਿਖਾ ਦਿੰਦੇ ਹਾਂ, ਹੁਣ ਆਪਾਂ ਦਿਖਾਵਾਂਗੇ ਫੀਡ ਹੁਣ ਵੀ ਕਿਵੇਂ ਖਾਂਦੀਆਂ ਨੇ ਫੀਡ ਨੂੰ ਇਹ। ਬਾਕੀ ਬਾਈ ਜੀ ਗਰੋਥ ਦੇਖ ਸਕਦੇ ਬਾਈ ਜੀ, ਬਹੁਤ ਚੰਗੀ ਗਰੋਥ ਹੋਈ ਹੋਈ ਹੈ ਨਾ। ਚਲੋ ਬਾਈ ਜੀ, ਲੈ ਕੇ ਆਉਣ ਦਿਓ ਬਾਈ ਨੂੰ ਫੀਡ, ਆਪਾਂ ਦਿਖਾਵਾਂਗੇ ਤੁਹਾਨੂੰ। ਲਓ ਜੀ ਬਾਈ ਜੀ, ਲੈ ਕੇ ਆ ਗਏ ਫੀਡ, ਬੁਲਾਓ ਜੀ ਬੱਕਰੀਆਂ ਵਾਲੇ। ਆਹ ਆ ਜਾ ਕਾਲੀ, ਆਓ ਆਓ ਆਓ, ਇਹ ਵੀ ਤੁਹਾਨੂੰ ਦਿਖਾਉਣ ਆ ਜਾ ਰਹੇ। ਲੈ ਨੀ ਮਿੱਠੂ, ਆ ਜਾ ਰਹੇ ਪਾਨੋ, ਲੈ ਆ ਜਾ ਆ ਜਾ, ਨਾਮ ਰੱਖਿਆ ਨੂੰ ਜਾ ਰਿਹਾ ਨਾਮ ਰੱਖ। ਆ ਜਾ ਆ ਜਾ ਆ ਜਾ ਆ ਜਾ ਆ ਜਾ, ਲੈ 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 ਲੈ, ਭੱਜਿਆ ਜਾ, ਆ ਜਾ ਆ ਜਾ, ਭੱਜ ਕੇ ਆ ਜਾ। ਲੈ ਮਿੱਤਰੋ ਦੇਖ ਸਕਦੇ ਹੋ ਨਾ, ਆ ਜਾ ਆ ਜਾ ਆ ਜਾ ਆ ਜਾ, ਫੀਡ ਨੂੰ ਤਾਂ ਬਹੁਤ ਖੁਸ਼ ਹੋ ਕੇ ਖਾਂਦੇ ਨੇ, ਹਜੇ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਫੀਡ ਲਈ ਖੜਾ। ਠੀਕ ਹੈ ਜੀ, ਉਠੋ ਲੈ ਪੁੱਤ। ਬਾਈ ਦੇਖ ਸਕਦੇ ਨਾ, ਚੰਗੇ ਤਰੀਕੇ ਨਾਲ ਖਾਂਦੀਆਂ ਨੇ, ਕੋਈ ਇਹੋ ਜਿਹੀ ਦਿੱਕਤ ਨਹੀਂ ਆਉਂਦੀ ਹੈਗੀ ਵੀ ਬੱਕਰੀ ਨੱਕ ਮਾਰ ਕੇ ਖਾਊਗੀ ਨਾ ਜੀ। ਦੂਸਰੀ ਫੀਡ ਆ ਨਾ ਜੀ, ਮੈਸ ਫੀਡ ਆਈ ਹੈ, ਮੈਸ ਆ ਜੀ, ਮੈਸ ਵਾਲੀ ਫੀਡ ਆ ਬਾਈ, ਦੇਖ ਸਕਦੇ ਹੋਗੇ ਬਹੁਤ ਕੁਛ ਪਾਇਆ ਹੋਇਆ, ਸਮਾਨ ਬਹੁਤ ਆ ਜੀ, ਸਮਾਨ ਬਹੁਤ ਜ਼ਿਆਦਾ ਹੈ। ਜਿਉਂ ਜਿਉਂ ਪਤਾ ਲੱਗੀ ਜਾਂਦਾ ਦੇਖੋ ਕਿਵੇਂ ਆ ਕੇ ਇਹਨਾਂ ਨੇ ਮੈਨੂੰ ਜਾਣੀ ਖਾਣਾ ਔਖਾ ਕਰ ਦੇਣਾ। ਠੀਕ ਹੈ ਜੀ, ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਫੀਡ ਵਰਤਦੇ ਨੂੰ ਜੀ? ਮੈਨੂੰ ਤਕਰੀਬਨ ਸਾਲ ਦੇ ਨੇੜੇ ਹੋ ਚੱਲਿਆ ਜੀ। ਸਾਲ ਦੇ ਨੇੜੇ ਹੋ ਗਿਆ? ਠੀਕ ਆ ਜੀ, ਦਿੱਕਤ ਨਹੀਂ ਆਈ ਕੋਈ? ਕੋਈ ਦਿੱਕਤ ਨਹੀਂ, ਹਜੇ ਪਹਿਲਾਂ ਜਦ ਮੈਂ ਦੂਜੀ ਪਾਉਂਦਾ ਸੀ ਹੋਰ ਪਾਉਂਦਾ ਸੀ ਕਿਸੇ ਕੰਪਨੀ ਦੀ, ਹਾਂਜੀ ਹਾਂਜੀ, ਉਦੋਂ ਪ੍ਰੋਬਲਮ ਸੀਗੀ ਪਰ ਹੁਣ ਨਹੀਂ ਹੈਗੀ, ਹੁਣ ਕੋਈ ਪ੍ਰੋਬਲਮ ਨਹੀਂ ਹੈਗੀ। ਦੇਖ ਸਕਦੇ ਹੋ ਜੀ, ਗੱਬਲ ਗੁੱਬਨ 'ਚ ਕਦੇ ਕੋਈ ਦਿੱਕਤ ਆਈ? ਨਾ ਜੀ ਨਾ, ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ ਹੈ, ਜਿਹੜੀ ਕਰਾਈ ਆ ਉਹੀ ਸੂਈ ਆ ਆਪਣੇ ਕੋਲ, ਸੂਈ ਆ ਜੀ। ਹਾਂ ਠੀਕ ਆ ਜੀ, ਬਾਕੀ ਹਜੇ ਕਰਾਈਆਂ ਨੇ ਨਾ, ਇਹ ਤਾਂ ਬੱਚੇ ਨੇ ਜੀ, ਬੱਚਿਆਂ ਨੇ ਦੁੱਗੇ ਦੁੱਗੀਆਂ ਹੈਗੀਆਂ ਜੀ। ਸਹੀ ਗੱਲ ਹੈ, ਸਹੀ ਗੱਲ ਹੈ, ਬਾਕੀ ਕੋਈ ਗੱਲ ਰੱਖ ਦਿਓ ਬਾਈ ਜੀ, ਇੱਥੇ ਥੱਲੀ ਰੱਖ ਦਿਓ ਬਾਈ, ਦੇਖ ਸਕਦੇ ਹੋਗੇ। ਇਹ ਮਿਲਦੀ ਕਿੱਥੋਂ ਬਾਈ ਜੀ? ਇਹ ਦਰਾਹੇ ਦੀ ਗੱਲ ਹੈ ਜੀ, ਹੁਣ ਦਰਾਹੇ ਮੇਨ ਰੋਡ ਦੇ ਉੱਤੇ ਫੈਕਟਰੀ ਹੈ ਜੀ। ਠੀਕ ਆ ਜੀ, ਨੰਬਰ ਦੇ ਦਿਓ ਸਾਨੂੰ ਇਹਨਾਂ ਦਾ? ਹਾਂ ਨੰਬਰ ਤੁਹਾਨੂੰ ਆਪਾਂ ਦੇ ਦਿੰਦੇ ਹਾਂ, ਉਹਦਾ ਨੰਬਰ ਆਪਣੇ ਕੋਲ ਹੈਗੇ ਨੇ। ਲੈ ਮਿੱਤਰੋ, ਤੁਹਾਨੂੰ ਸਕਰੀਨ ਦੇ ਉੱਪਰ ਦੇਵਾਂਗੇ ਨੰਬਰ ਬਾਈਆਂ ਦਾ, ਜੇ ਕਿਸੇ ਵੀ ਮੇਰੇ ਵੀਰ ਨੇ ਇਹ ਫੀਡ ਖਰੀਦਣੀ ਹੋਊਗੀ ਤਾਂ ਤੁਸੀਂ ਖਰੀਦ ਸਕਦੇ ਹੋਗੇ। ਇਹਨਾਂ 'ਚੋਂ ਤਾਂ ਨਹੀਂ ਕੋਈ ਸੇਲ ਹੈਗਾ ਆਪਣੇ ਕੋਲ? ਨਾ ਜੀ ਨਾ, ਸੇਲ ਕੋਈ ਨਹੀਂ ਹੈਗਾ, ਸੇਲ ਕੋਈ ਨਹੀਂ ਹੈਗਾ ਜੀ, ਬਹੁਤ ਰੂਹ ਨਾਲ ਪਾਲੀਆਂ ਹੋਈਆਂ ਨੇ ਜੀ। ਅੱਛਾ ਜੀ, ਲੈ ਵੀ ਮਿੱਤਰੋ ਦੇਖ ਸਕਦੇ ਹੋ, ਸਾਰੀਆਂ ਆ ਗਈਆਂ ਹੁਣ, ਹੈ ਨਾ, ਅਤੇ ਬੱਠਲ ਕਰਤਾ ਖਾਲੀ ਬਾਈ ਹੁਣ ਇਹਨਾਂ ਨੇ ਜੀ। ਨਾਲੇ ਆਪਣੇ ਆਪ ਆਉਂਦੀਆਂ ਨੇ, ਜਿਹਨੂੰ ਪਤਾ ਲੱਗੀ ਜਾਂਦਾ ਭੱਜ ਭੱਜ ਕੇ ਆਈ ਜਾਂਦੀਆਂ ਨੇ ਵੀ ਹਾਂ ਫੀਡ ਪਈ ਆ। ਠੀਕ ਹੈ ਜੀ, ਕਿੰਨੇ ਵਾਰ ਪਾਉਣੇ ਬਾਈ ਜੀ ਦਿਨ ਦੇ ਵਿੱਚ ਜੀ? 2 ਵਾਰ ਜੀ, 2 ਵਾਰ ਜੀ।
ਲੈ ਵੀ ਦੋ ਵਾਰ ਪਾਉਂਦੇ ਨੇ ਬਾਈ, ਠੀਕ ਹੈ ਜੀ, ਦੇਖ ਸਕਦੇ ਇਹ ਕੋਈ ਜ਼ਿਆਦਾ ਨਹੀਂ ਹੈਗੀ ਜੀ ਇਹਦਾ, ਜੇ ਫੀਡ ਆ ਨਾ ਜਿਹੜੀ ਮਤਲਬ ਆਪਾਂ ਜੇ ਸੋਚੀਏ ਤਾਂ ਹਰੇ ਪੱਠੇ ਦੇ ਮੁੱਲ 'ਚ ਪੈਂਦੀ ਆ, ਠੀਕ ਆ, ਮਹਿੰਗੀ ਨਹੀਂ ਪੈਂਦੀ, ਨਾ ਮਹਿੰਗੀ ਨਹੀਂ ਪੈਂਦੀ ਕਿਉਂਕਿ ਇਹਨਾਂ ਦਾ ਢਿੱਡ ਵੀ ਭਰਨਾ ਹੁੰਦਾ ਜੀ, ਆਪਾਂ ਨੇ ਕੁਛ ਨਾ ਕੁਛ ਤਾਂ ਪਾਵਾਂਗੇ ਹੀ ਨਾ, ਪਾਵਾਂਗੇ ਜੀ, ਉਹੀ ਆਪਾਂ ਜੇ ਹਰਾ ਬੀਜਾਂਗੇ ਜਾਂ ਉਹਦੇ ਲਈ ਥਾਂ ਰੱਖਾਂਗੇ ਉਹ ਸਾਰੀਆਂ ਚੀਜ਼ਾਂ ਕੱਟ ਕੇ, ਹਾਂਜੀ, ਤੂੜੀ ਯਾਰ ਫੀਡ ਇਕੱਲੀ ਪਾ ਦਈਏ ਉਹੀ ਬਹੁਤ ਹੈ ਨਾ, ਉਹੀ ਬਹੁਤ ਹੈ, ਹਾਂਜੀ, ਸਹੀ ਗੱਲ ਆ ਜੀ, ਸਹੀ ਗੱਲ ਬਾਈ, ਦੇਖ ਸਕਦੇ ਗਰੋਥ ਚੰਗੀ ਹੁੰਦੀ ਆ ਨਾ, ਸਾਈਨਿੰਗ ਰਹਿੰਦੇ ਆ ਕਿ ਦਵਾਈ ਬੂਟੀ ਦੀ ਉਨੀ ਲੋੜ ਨਹੀਂ ਪੈਂਦੀ, ਬਹੁਤ ਗੱਲਾਂ ਹੋ ਜਾਂਦੀਆਂ ਨੇ ਦੇਖਿਆ ਜਾਵੇ ਤਾਂ, ਤਾਂ ਬਾਈ ਜੀ ਉੱਥੇ ਜਾ ਕੇ ਫੀਡ ਆਪਾਂ ਨੂੰ ਸਸਤੀ ਪੈਂਦੀ, ਸਸਤੀ ਪੈਂਦੀ ਆ, ਜੇ ਆਪਾਂ ਜਿਹੜੀਆਂ ਆਪਣਾ ਮੈਡੀਸਨ ਖਰਚਾ ਸਾਰੇ ਫੀਡ ਦੇ ਵਿੱਚ ਜੋੜ ਲਈਏ ਤਾਂ ਫੀਡ ਦਾ ਮੇਰੇ ਹਿਸਾਬ ਨਾਲ ਆਪਾਂ ਨੂੰ ਮੁਫਤ ਵਾਂਗੂ ਮਿਲੂਗੀ। ਅੱਛਾ ਜੀ, ਕੋਈ ਨਹੀਂ, ਆਮ ਦੇਖਿਆ ਲੋਕਾਂ ਦੇ ਮੈਡੀਸਨ ਖਰਚੇ ਬਹੁਤ ਵਧੇ ਹੁੰਦੇ ਨੇ, ਠੀਕ ਹੈ ਜੀ, ਖਰਚੇ ਵੀ ਵਧੇ ਹੁੰਦੇ ਨੇ, ਜਾਨਵਰ ਵੀ ਥੱਲੇ ਜਗਾਏ ਹੁੰਦੇ ਨੇ ਤੇ ਆਪਣੇ ਜਾਨਵਰ ਵੀ ਠੀਕ ਨੇ, ਮੈਡੀਸਨ ਖਰਚਾ ਵੀ ਕੋਈ ਨਹੀਂ ਹੈ। ਸਹੀ ਗੱਲ ਹੈ, ਸਹੀ ਗੱਲ ਹੈ। ਮਿੱਤਰੋ ਤੁਹਾਨੂੰ ਦਿਖਾਉਣ ਆ ਗਏ ਹੁਣ ਬੱਚੇ, ਬੱਚੇ ਵੀ ਬਾਈ ਚੰਗੀ ਕੁਆਲਿਟੀ ਦੇ ਆਏ ਹੋਏ ਹਨ, ਦੇਖ ਸਕਦੇ ਹੋਗੇ, ਇਹਦੇ ਬਾਰੇ ਦੱਸੋ ਬਾਈ ਜੀ ਪਹਿਲਾਂ ਜੀ। ਇਹ ਆਇਆ ਜੀ ਸਾਡੇ ਕੋਲ 15 ਸਾਲਾਂ ਬਾਅਦ। 15 ਸਾਲਾਂ ਬਾਅਦ ਕਿਵੇਂ ਬਾਈ ਜੀ? ਇਹਦਾ ਜਿਹੜਾ ਮਤਲਬ ਨਾਨਾ ਸੀ, ਹਾਂਜੀ, ਉਹ ਆਹੀ ਕਾਪੀ ਸੀ, ਸੇਮ ਜਮਾ ਸੇਮ, 15 ਸਾਲ ਪਹਿਲਾਂ ਸਾਡੇ ਕੋਲ ਬੋਕ ਸੀਗਾ ਉਹ। ਅੱਛਾ ਜੀ, ਆਪਣੇ ਪਿੰਡ ਬੱਕਰੀਆਂ ਵਾਲਿਆਂ ਕੋਲ, ਠੀਕ ਹੈ, ਠੀਕ ਹੈ ਜੀ, ਤੇ ਮੈਂ ਇਹਨਾਂ ਤੋਂ ਪੱਠ ਲੈ ਲਈ ਸੀ, ਉਹ ਪੱਠ ਉਹਦੀ ਧੀ ਸੀ, ਉਹ ਬੱਕਰੇ ਦੀ। ਅੱਛਾ ਜੀ, ਉਹਦੀ ਧੀ ਨੇ ਆਹ ਨਗੀਨਾ ਕੱਢਿਆ ਹੋਣਾ, ਠੀਕ ਹੈ, ਦੁਬਾਰੇ ਫੇਰ ਫੇਰ ਹਾਂ ਉੱਥੇ ਲੈ ਜਾਂਦਾ ਮੋੜ। ਸਹੀ ਗੱਲ ਬਾਈ, ਦੇਖ ਕੁਆਲਿਟੀ ਦੇਖ ਸਕਦੇ ਹੋ ਬੱਚੇ ਦਾ, ਚੌੜੇ ਚੌੜੇ ਕੰਨ ਨੇ, 30 ਇੰਚ ਕੰਨ ਨੇ ਜੀ। ਅੱਛਾ ਜੀ, 13 ਇੰਚੀ, ਨਾ ਨਾ ਪੂਰੇ ਐਨ ਦੋਵੇਂ ਪਾਸੇ ਨੂੰ ਨਾਪਦੇ ਆ, 30 ਐਂ ਕਰਕੇ, ਹਾਂ 30 ਇੰਚੀ ਨੇ ਜੀ, ਇੱਥੇ 3 ਇੰਚ ਹੋ ਗਏ ਡਬਲ ਕਰਕੇ। ਸਹੀ ਗੱਲ ਆ ਬਾਈ, ਹਨਾ, ਹਣੀ ਇਧਰਲੇ ਕੰਨ ਤੋਂ ਉਧਰਲੇ ਕੰਨ ਤੱਕ ਆ ਚੜਾਈ ਚੁੱਲਰ ਬਾਈ, ਹੁਣੀ ਦੇਖ ਸਕਦੇ ਹੋਗੇ ਬੋਕ ਚੰਗਾ ਬਣੂਗਾ ਬਾਈ, ਇਹ ਚੜਾਈ ਕੰਨਾਂ ਦੀ, ਚੜਾਈ ਕੰਨਾਂ ਦੀ, ਸਹੀ ਗੱਲ ਆ ਬਾਈ, ਮੋਟੀ ਹੱਡੀ ਦੇ ਵਿੱਚ ਆ ਗਿਆ ਬਈ ਬੱਚਾ। ਤੇ ਆ ਦੂਜੇ ਬੱਚੇ ਕੀ ਨੇ ਜੀ? ਦੋ, ਇੱਕ ਮਦੀਨਾ ਜੀ, ਇੱਕ ਨਾਰਾ ਜੀ। ਇਹ ਆਪਦੀ ਆਈ ਨੇ ਜੀ ਬੱਚੇ ਉਹਨਾਂ ਦੀ ਬੱਕਰੀਆਂ ਦੇ? ਇਹ ਇਹਦਾ ਦੀ ਭੈਣੇ ਆ ਜੀ। ਅੱਛਾ ਜੀ, ਅਛਾ ਤਾਂ ਇਹਦੀ ਹੋ ਆ ਨਾ, ਹਾਂ ਜੀ, ਦੋ ਇੱਕ ਦੇ ਨੇ, ਉਹ ਇੱਕ ਦਾ, ਉਹ ਇਕੜਾ ਹੀ ਵਾਲੇ ਗੁਜਰਾਂ ਤੋਂ ਆਇਆ ਸੀਗਾ ਬੱਕਰਾ ਆਪਣੇ ਕੋਲੇ। ਅੱਛਾ ਜੀ, ਉਹਦਾ ਬੱਚਾ ਜੀ। ਸਹੀ ਗੱਲ ਆ ਵੀ, ਜੁਗਨੂੰ ਲੈ ਓਏ, ਚੰਗੀ ਕੁਆਲਿਟੀ ਆ, ਜੁਗਨੂੰ ਆ ਯਾਰ, ਲੈ ਪੁੱਤ, ਲੈ ਲੈ ਲੋ ਬਈ, ਦੇਖ ਸਕਦੇ ਨਾਮ ਰੱਖੇ ਹੋਏ ਨੇ ਬਈ, ਇਕੱਲੇ ਇਕੱਲੇ ਬੱਕਰੀ ਦੇ ਬੱਚੇ, ਜੁਗਨੂੰ ਲੈ। ਅੱਛਾ, ਇਹ ਜੁਗਨੂੰ ਆ ਗਏ, ਇਹ ਇਕੜਾਹੀ ਵਾਲੇ ਗੁਜਰਾਂ ਦਾ ਹੈਗਾ ਜੀ ਆਪਣੇ ਕੋਲ। ਸਹੀ ਗੱਲ ਆ ਵੀ, ਕੁਆਲਿਟੀ ਇਹਦੀ ਵੀ ਚੰਗੀ ਹੈਗੀ। ਇਹ ਵੇਚਣਾ ਜੀ? ਨਾ ਜੀ, ਨਾ ਵੇਚਣਾ, ਵੇਚਣਾ ਕਿਹੜੇ ਵਿੱਚ ਕੋਈ ਵੀ ਨਹੀਂ ਹੈਗਾ? ਨਾ ਜੀ, ਨਾ ਵੇਚਣਾ ਕੋਈ ਵੀ ਨਹੀਂ ਹੈ। ਵੇਚੋਗੇ ਫਿਰ ਕਦੋਂ ਬਾਈ ਜੀ? ਆਪਾਂ ਇਹਨਾਂ ਦਾ ਰਿਜ਼ਲਟ ਲਵਾਂਗੇ ਜੀ, ਇਹਨਾਂ ਦਾ ਰਿਜ਼ਲਟ ਲਵਾਂਗੇ। ਹਾਂ, ਲੈ ਵੀ ਇਹਨਾਂ ਦਾ ਰਿਜ਼ਲਟ, ਇਹ ਦੋਵੇਂ ਬੋਕ ਰੱਖਾਂਗੇ, ਦੋਹਾਂ ਦਾ ਰਿਜ਼ਲਟ ਲਵਾਂਗੇ। ਠੀਕ ਹੈ ਜੀ ਬਾਈ ਜੀ, ਸਿਰਫ ਤੁਹਾਨੂੰ ਇੱਕ ਉਹ ਕਰਨ ਵਾਸਤੇ ਸੀ ਇਹ ਵੀਡੀਓ, ਵੀ ਤੁਸੀਂ ਦੇਖੋ ਵੀ ਆਪਾਂ ਥੋੜ੍ਹੀ ਜਿਹੀ ਥਾਂ ਦੇ ਵਿੱਚ ਵੀ ਅਤੇ ਥੋੜ੍ਹਾ ਜਿਹਾ ਟਾਈਮ ਕੱਢ ਕੇ ਆਪਾਂ ਇੱਕ ਸ਼ੌਂਕ ਆਪਦਾ ਪੂਰਾ ਕਰ ਸਕਦੇ ਹਾਂ। ਕਿਉਂ ਸ਼ੌਂਕ ਦੇ ਨਾਲ ਨਾਲ ਇਨਕਮ ਵੀ ਲੈ ਸਕਦੇ, ਇਨਕਮ ਵੀ ਲੈ ਸਕਦੇ। ਸਹੀ ਗੱਲ ਹੈ ਬਾਈ ਜੀ, ਕਿੰਨੀ ਜਗ੍ਹਾ ਕਿੰਨੀ ਹੈ ਬਾਈ ਆਪਣੀ, ਇਹ ਦੇਖਿਆ ਜਾਵੇ ਤਾਂ ਇਹ ਇੱਕ ਕਮਰੇ ਦੀ ਜਗ੍ਹਾ ਜੀ, ਕਮਰੇ ਦੀ ਜਗ੍ਹਾ, 14 ਕਹਿ ਲਓ, 15 ਕਹਿ ਲਓ, ਹਾਂਜੀ, ਬਸ ਇੱਕ ਕਮਰੇ ਦੀ ਜਗ੍ਹਾ 'ਚ ਨੇ। ਠੀਕ ਹੈ ਜੀ, ਠੀਕ ਹੈ, ਦੋ ਦੋ ਕੰਮ ਕਰ ਰਹੇ ਹੋ ਨਾਲੇ ਆਪਦੇ ਖੇਤੀ, ਨਾਲੇ ਨਾਲੇ ਸਾਈਡ ਬਿਜ਼ਨਸ ਆ, ਨਾਲੇ ਸਾਈਡ ਬਿਜ਼ਨਸ, ਸਾਈਡ ਬਿਜ਼ਨਸ ਵੀ ਆ ਨਾਲੇ ਸ਼ੌਂਕ ਵੀ ਆ। ਸਹੀ ਗੱਲ ਹੈ ਜੀ, ਲੈ ਵੀ ਤੁਸੀਂ ਇਹ ਤੋਂ ਇੱਕ ਆਈਡੀਆ ਲੈ ਲਓ, ਠੀਕ ਹੈ ਜੀ, ਇੱਕ ਆਈਡੀਆ ਲੈ ਲਓ ਵੀ ਜੇ ਕੋਈ ਮੇਰਾ ਵੀਰ ਵਿਹਲਾ ਹੈਗਾ ਉਹ ਇਹ ਨਾ ਕਹੇ ਵੀ ਯਾਰ ਸਾਡੇ ਕੋਲ ਟਾਈਮ ਨਹੀਂ ਹੈਗਾ। ਕਿਉਂ ਬਾਈ ਜੀ? ਹਾਂ ਹਾਂ, ਟਾਈਮ ਵਾਲੀ ਕੋਈ ਗੱਲ ਨਹੀਂ ਹੈਗੀ, ਬਾਕੀ ਇਹਦੇ 'ਚ ਨੁਕਸਾਨ ਵਾਲੀ ਕੋਈ ਗੱਲ ਨੁਕਸਾਨ ਵਾਲੀ ਕੋਈ ਗੱਲ ਨਹੀਂ ਹੈਗੀ। ਠੀਕ ਹੈ ਜੀ, ਕਿੰਨੇ ਰੁਪਏ ਲੱਗ ਗਏ ਸੀ ਆਪਣੇ? ਖਰਚਾ ਜੋੜਿਆ ਤਾਂ ਕਦੇ ਟੋਟਲ ਹੈ ਨਹੀਂਗਾ, ਹਾਂਜੀ, ਯਾਨੀ ਅਸੀਂ ਤੁਹਾਨੂੰ ਦੱਸਿਆ ਵੀ 3500 ਤੋਂ 5000 ਦੇ ਵਿੱਚ ਵਿੱਚ ਪੱਠਾਂ ਆਈਆਂ ਹੋਈਆਂ ਨੇ। ਠੀਕ ਹੈ ਜੀ, ਆ ਜਿਹੜੀ ਤੁਹਾਨੂੰ ਬੜੀ ਪੱਠ ਦਿਖਾ ਲਈ ਆ ਡੱਬੀ, ਹਾਂਜੀ, ਇਹ 3500 ਦੀ ਆਈ ਹੀ ਆ, 3500 ਦੀ 3500 ਦੀ ਆਈ ਹੀ ਆ, ਬਹੁਤ ਛੋਟੀ ਬਸ ਆਹ ਸਾਈਜ਼ ਦੀਗਾ। ਠੀਕ ਹੈ ਜੀ, ਐਡੇ ਐਡੀਆਂ ਕੁ ਲਈਆਂ ਸੀਗੀਆਂ, ਪਰ ਲੈ ਲੈ ਕੇ ਪਾਲੀਆਂ ਨੇ।
ਲੈ ਵੀ ਦੋਸਤੋ ਜੇ ਤੁਹਾਡੇ ਕੋਲ ਥੋੜ੍ਹੇ ਪੈਸੇ ਹੈਗੇ ਨੇ, ਥੋੜ੍ਹੇ ਪੈਸੇ ਲਾ ਕੇ ਤੁਸੀਂ ਸ਼ੌਂਕ ਵੀ ਪੂਰਾ ਕਰ ਸਕਦੇ ਅਤੇ ਨਾਲ ਕਮਾਈ ਵੀ ਕਰ ਸਕਦੇ ਹੋਗੇ। ਅਤੇ ਬਾਕੀ ਬਾਈ ਜੀ, ਬਾਈ ਦਾ ਆਪਾਂ ਸਕਰੀਨ ਦੇ ਉੱਪਰ ਨੰਬਰ ਦੇਵਾਂਗੇ, ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਜਾਣਕਾਰੀ ਲੈਣੀ ਹੋਊਗੀ, ਕੁਛ ਵੀ ਸਿੱਖਣਾ ਹੋਊਗਾ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋਗੇ। ਠੀਕ ਹੈ ਬਾਈ, ਜਿੰਨੇ ਜੋਗੇ ਹੈਗੇ ਆ ਬਾਈ, ਅਗਲੇ ਨੂੰ ਫਰੀ ਕਿਸੇ ਦਾ ਕੋਈ ਕੰਮ ਵੀ ਅੜਿਆ ਹੋਊਗਾ, ਇਹੋ ਜਿਹੀ ਗੱਲ ਨਹੀਂ ਹੈਗੀ, ਫਰੀ ਸੇਵਾ ਆਪਣੇ ਕੋਲ, ਆਪਾਂ ਅਗਲੇ ਦੀ ਫੁੱਲ ਮਦਦ ਕਰਾਂਗੇ। ਠੀਕ ਹੈ ਜੀ, ਵੇਚਣ ਵਾਸਤੇ ਕੁਛ ਨਹੀਂ ਹੈਗਾ, ਵੇਚਣ ਵਾਸਤੇ ਕੁਛ ਨਹੀਂ। ਠੀਕ ਹੈ, ਵੇਚਣ ਵਾਸਤੇ ਕੋਈ, ਵੇਚਣ ਵਾਸਤੇ ਐਂ ਹੀ ਹਜੇ ਮੈਂ ਵੀ ਮਤਲਬ ਵਧਾ ਰਿਹਾ, 25-30 ਬੱਕਰੀਆਂ ਤੇ ਲੈ ਕੇ ਜਾਊਂਗਾ। ਹਾਂਜੀ, ਯਾਨੀ ਮੇਰੀ ਕੋਸ਼ਿਸ਼ ਇਹ ਆ ਵੀ ਮੈਂ ਆਪਦੀਆਂ ਪੱਠਾਂ ਤਿਆਰ ਕਰਾਂ, ਪਰ ਬਾਹਰੋਂ ਵੀ ਜੇ ਕੋਈ ਚੰਗੀ ਪੱਠ ਮਿਲੂਗੀ ਤਾਂ ਲੈ ਕੇ ਹਾਂਜੀ 25-21 ਬੱਕਰੀਆਂ ਕਰਾਂਗੇ, ਫਿਰ ਆਪਾਂ ਬਥੇਰ ਕਰ ਦਿਆ ਕਰਾਂਗੇ। ਠੀਕ ਹੈ, ਠੀਕ ਹੈ ਬਾਈ ਜੀ, ਚਲੋ ਠੀਕ ਹੈ ਬਾਈ ਜੀ, ਧੰਨਵਾਦ ਕਰਦੇ ਹਾਂ ਬਾਈ ਜੀ। ਲਓ ਜੀ ਬਾਈ ਜੀ, ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਜੇ ਕਿਸੇ ਵੀ ਮੇਰੇ ਵੀਰ ਨੇ ਫੀਡ ਖਰੀਦਣੀ ਹੋਊਗੀ ਤਾਂ ਆਪਾਂ ਸਕਰੀਨ ਦੇ ਉੱਪਰ ਬਾਈ ਜੀ ਫੀਡ ਵਾਲੇ ਬਾਈ ਦਾ ਨੰਬਰ ਦੇ ਰਿਆਂਗੇ, ਤੁਸੀਂ ਉੱਥੋਂ ਕਾਲ ਕਰਕੇ ਫੀਡ ਖਰੀਦ ਸਕਦੇ ਹੋਗੇ ਵਧੀਆ ਕੁਆਲਿਟੀ ਦੇ ਵਿੱਚ ਆਗੀ। ਅਤੇ ਬਾਕੀ ਬਾਈ ਜੀ, ਤੁਸੀਂ ਇਹਨਾਂ ਦਾ ਰਿਜ਼ਲਟ ਤਾਂ ਤੁਸੀਂ ਫੀਡ ਦਾ ਦੇਖ ਹੀ ਚੁੱਕੋਗੇ ਵੀ ਪੱਠਾਂ ਦੇ ਵਿੱਚ ਅਤੇ ਬੱਕਰਿਆਂ ਵਿੱਚ ਕਿੰਨੀ ਸ਼ਾਈਨਿੰਗ ਆ ਗਈ। ਕਰ ਲਓ ਸੰਪਰਕ ਬਾਈ ਜੀ। ਠੀਕ ਹੈ ਬਾਈ, ਠੀਕ ਆ ਬਾਈ ਜੀ, ਓਕੇ, ਸਤਿ ਸ਼੍ਰੀ ਅਕਾਲ।